ਕਾਲ ਵਿੱਚ ਸੀ ਉਹ ਕਹਿੰਦਾ ਮੇਰੇ ਵਾਈਫ ਬਿਮਾਰ ਰਹਿੰਦੇ ਐ ਮੈਨੂੰ ਹੁਣ ਸਮਝ ਪਈ ਆ ਕਿ ਉਹ ਠੀਕ ਕਿਉਂ ਨਹੀਂ ਹੋ ਰਹੀ ਠੀਕ ਹੈ ਕਹਿੰਦਾ ਉਹ ਹੈ 60 ਸਾਲ ਦੀ ਹਾਂ ਤੇ ਡਾਕਟਰ ਨੂੰ ਦੱਸਦੀ ਆ 30 ਸਾਲ ਦੀ ਡਾਕਟਰ 30 ਸਾਲ ਵਾਲੀ ਦਵਾਈ ਦੇ ਦਿੰਦਾ ਉਹਨੂੰ ਕਹਿੰਦਾ ਹੁਣ 30 ਸਾਲ ਵਾਲੀ ਦਵਾਈ ਜਿਹੜੀ ਆ 60 ਸਾਲ ਦੇ ਤੀਵੇਂ ਨੂੰ ਕਿਵੇਂ ਠੀਕ ਕਰੋਗੇ ਸੋ ਉਹ ਮੈਂ ਕਿਹਾ ਦਿਖਾਵਾ ਕਰਦੀ ਹੈ ਠੀਕ ਦਿਖਾਵੇ ਦੇ ਬੜੇ ਰੂਪ ਬਹਿ ਗਏ ਆ ਜੇਕਰ ਕੋਈ ਔਰਤ 60 ਸਾਲ ਦੀ ਹੈ ਤਾਂ ਆਪਣੀ ਉਮਰ 30 ਸਾਲ ਦੱਸਦੀ ਹੈ ਤਾਂ ਇਹ ਵੀ ਦਿਖਾਵਾ ਹੈਗਾ ਠੀਕ ਹੈ ਠੀਕ ਦਿਖਾਵੇ ਦਾ ਮਤਲਬ ਹੈ ਵੀ ਜੋ ਅਸਲ ਨਹੀਂ ਹੈ ਉਹ ਪ੍ਰਗਟਾਉਣਾ ਉਹ ਦਿਖਾਵਾ ਹੁੰਦਾ ਹੈ ਸ਼ੁਕਰੀਆ ਸਮਾਰਟ ਤਾਂ ਹਰ ਕੋਈ ਬਣਨਾ ਚਾਹੁੰਦਾ ਹੈ ਨਾ ਹਾਂ ਸਮਾਰਟ ਹੁਣ ਦੇਖੋ ਤੁਸੀਂ ਰੈਡੀमेड ਕੱਪੜਿਆਂ ਦਾ ਤੇ ਦਰਜੀ ਦੇ ਸੀਤੇ ਹੋਏ ਕੱਪੜਿਆਂ ਦਾ ਕੀ ਫਰਕ ਹੁੰਦਾ ਹੈ ਬਿਲਕੁਲ ਰੈਡੀमेड ਕੱਪੜੇ ਤੁਸੀਂ ਪਾਓ ਆਪਣੀ ਉਮਰ ਨਾਲੋਂ 5 ਸਾਲ ਛੋਟੇ ਲੱਗੋਗੇ ਹਾਂ ਤੇ ਦਰਜੀ ਦੇ ਕੱਪੜੇ ਪਾਓ ਦਰਜੀ ਦੇ ਸਿੱਤੇ ਕੱਪੜੇ ਪਾਓ ਆਪਣੀ ਉਮਰ ਨਾਲੋਂ 5 ਸਾਲ ਵੱਡੇ ਲੱਗੋਗੇ ਟਿੱਲੇ ਹੁੰਦੇ ਆ ਉਹ ਹਾਂ ਉਹ ਲੂਸ ਹੁੰਦੇ ਆ ਸੋ ਚਸਤ ਕੱਪੜਿਆਂ ਦਾ ਚਸਤ ਬੰਦਿਆਂ ਦਾ ਚਸਤ ਸਕੂਲਾਂ ਦਾ ਚਸਤ ਦੁਕਾਨਦਾਰਾਂ ਦਾ ਚਸਤ ਦੁਕਾਨਾਂ ਦਾ ਮਤਲਬ ਹਰ ਚੀਜ਼ ਜਿਹੜੀ ਹੈ ਨਾ ਉਹ ਸਮਾਰਟ ਜਿਹੜੀ ਹੈਗੀ ਹੈ ਉਹ ਚੰਗੇ ਲੱਗਦੇ ਆ ਆਪਾਂ ਜਦੋਂ ਗੱਡੀ ਚੜਦੇ ਆ ਗੱਡੀ ਦੇਖ ਕੇ ਡੱਬਾ ਦੇਖ ਕੇ ਕਹਿੰਦੇ ਆ ਯਾਰ ਵਾਹ ਕਮਾਲ ਆ ਇੱਥੇ ਮੈਂ ਇੱਥੇ ਇਹਦੇ ਚ ਬੈਠੂਗਾ ਮੈਂ ਸਾਨੂੰ ਖੁਸ਼ੀ ਮਿਲਦੀ ਹੈਗੀ ਆ ਸੋ ਵਿਆਹ ਤੇ ਜਾਂਦੇ ਆ ਇਹ ਸੋਚ ਕੇ ਜਾਂਦੇ ਆ ਕਿ ਉੱਥੇ ਨਵੇਂ-ਨਵੇਂ ਬੰਦੇ ਮਿਲਣਗੇ ਵਗਰ-ਵਗਰ ਇਹ ਸਾਰਾ ਦਿਖਾਵੇ ਦੀ ਭਾਵਨਾ ਨੂੰ ਨੈਗੇਟਿਵ ਰੂਪ ਦੇ ਵਿੱਚ ਨਾ ਲਓ ਕੁਝ ਦਿਖਾਵਾ ਤਾਂ ਜ਼ਰੂਰੀ ਵੀ ਹੁੰਦਾ ਹੈ ਦਿਖਾਉਣਾ ਚਾਹੀਦਾ ਹੈ ਉਹ ਨਾਲ ਬੰਦਾ ਤੰਦਰੁਸਤ ਰਹਿੰਦਾ ਠੀਕ ਹੈ ਜੇਕਰ ਤੁਸੀਂ ਸਮਾਰਟ ਰਹੋਗੇ ਤਾਂ ਤੁਹਾਡੇ ਕੋਲ ਬਿਮਾਰ ਹੋਣ ਦਾ ਟਾਈਮ ਨਹੀਂ ਹੋਏਗਾ ਠੀਕ ਹੈ ਤੁਸੀਂ ਬਿਮਾਰ ਹੋਵੋਗੇ ਵੀ ਨਹੀਂ ਜੀ 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 ਸੋ ਦਿਖਾਵਾ ਮਾੜੀ ਗੱਲ ਨਹੀਂ ਹੈ ਕੁਛ ਇੱਕ ਬੰਦਾ ਆਪਣੇ ਭਰਾ ਬਾਰੇ ਕਹਿ ਰਿਹਾ ਸੀ ਹਾਂਜੀ ਉਹਦਾ ਭਰਾ ਜਿਹੜਾ ਸੀ ਉਹ ਇੱਕ ਬੜੀ ਵੱਡੀ ਕੰਪਨੀ 'ਚ ਕੰਮ ਕਰਦਾ ਸੀ ਠੀਕ ਹੈ ਤੇ ਉਹ ਕਹਿੰਦਾ ਬੜੇ ਮਹਿੰਗੇ ਕੱਪੜੇ ਪਾਉਂਦਾ ਹਮ ਮੈਂ ਕਿਹਾ ਮਹਿੰਗੇ ਆਪਣੀ ਕਮਾਈ ਨਾਲ ਪਾਉਂਦਾ ਤੈਨੂੰ ਕੀ ਪ੍ਰੋਬਲਮ ਹੈ ਹਮ ਸਮੱਸਿਆ ਤੇਰੀ ਹੈ ਹਮ ਉਹ ਕਾਮਰੇਡ ਸੀ ਮੁੰਡਾ ਨਾਰੇ ਲਾਉਣ ਵਾਲਾ ਠੀਕ ਹੈ ਤੇ ਉਹ ਕਾਮਰੇਡ ਜਿਹੜਾ ਜੇਕਰ ਉਹਦੇ ਕੋਲ ਬਹੁਤ ਸਾਰੇ ਚੀਜ਼ਾਂ ਹੁੰਨ ਤੇ ਲੋਕ ਕਹਿੰਦੇ ਆ ਹੈ ਕਾਮਰੇਡ ਆ ਪਰੰਤੂ ਐਸ਼ਰੀ ਜ਼ਿੰਦਗੀ ਜੀ ਰਿਹਾ ਮਤਲਬ ਨੁਕਸ ਕਟਿਆ ਜਾਂਦਾ ਹੈ ਜਿਵੇਂ ਅਸੀਂ ਧਾਰਮਿਕ ਬੰਦੇ ਤੋਂ ਆਸ ਲਾਉਂਦੇ ਆ ਕਿ ਉਹਦਾ ਜੀਵਨ ਸਾਦਾ ਹੋਏਗਾ ਸੋ ਇਸ ਢੰਗ ਦੇ ਨਾਲ ਮੈਂ ਕਹਿੰਦਾ ਸਮੱਸਿਆ ਤੇਰੀ ਹੈ ਉਸ ਦੀ ਨਹੀਂ ਹੈ ਉਹ ਆਪਣੀ ਆਮਦਨ ਅਨੁਸਾਰ ਆਪਣੇ ਕਲੀਗਸ ਦੇ ਅਨਸਾਰ ਆਪਣੇ ਅਹੁਦੇ ਦੇ ਅਨਸਾਰ ਆਪਣੀ ਲੋਡ ਦੇ ਅਨਸਾਰ ਕੱਪੜੇ ਪਾਉਂਦਾ ਤੇ ਉਹਨੇ ਕੱਪੜੇ ਜਿਹੜੇ ਪਾਉਣੇ ਆ ਉਹਨੂੰ ਫੈਸਲਾ ਉਹਨੇ ਕਰਨਾ ਹੈਗਾ ਸੋ ਇਹਨੂੰ ਦਿਖਾਵਾ ਨਹੀਂ ਕਹਿਣਾ ਚਾਹੀਦਾ ਜੋ ਮੈਂ ਕਰਦਾ ਉਹ ਤੁਹਾਡੇ ਵਾਸਤੇ ਦਿਖਾਵਾ ਹੋ ਸਕਦਾ ਜੋ ਤੁਸੀਂ ਕਰਦੇ ਹੋ ਉਹ ਮੇਰੇ ਵਾਸਤੇ ਨਾਰਮਲ ਹੋ ਸਕਦਾ ਸੋ ਦਿਖਾਵੇ ਦੇ ਕਈ ਅਰਥ ਹੈਗੇ ਹਨ ਹਰ ਬੰਦਾ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਉਹਨਾਂ ਨੂੰ ਲੈਂਦਾ ਹੈਗਾ ਇਸ ਕਰਕੇ ਕੋਈ ਥੋੜਾ ਜਿਹਾ ਜਗਤ ਤਮਾਸ਼ਾ ਵੀ ਤਾਂ ਵੇਖੋ ਨਾ ਠੀਕ ਹੈ ਬੜਾ ਕੁਝ ਕਰਦੇ ਆ ਲੋਕ ਕਿੰਨਾ ਕੁਝ ਕੀਤਾ ਅੱਜ ਕੱਲ ਦੇ ਵਿਆਹ ਦੇ ਵਿੱਚ ਤੁਸੀਂ ਜਾਓ 40-40 ਲੱਖ ਰੁਪਿਆ ਖਰਚ ਹੋਇਆ ਹੁੰਦਾ ਉਹਨਾਂ ਦਾ ਮਤਲਬ ਉਹ ਪੰਡਾਲ ਜਿਹੜਾ ਬਣਾਇਆ ਹੁੰਦਾ ਉਸ ਤੇ 10-10 ਲੱਖ ਰੁਪਿਆ ਖਰਚ ਕੀਤਾ ਹੁੰਦਾ